ਜਿੱਥੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਅਤੇ ਮੌਜੂਦਾ ਲੇਬਰ ਦੀ ਸਰਕਾਰ ਵੱਲੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਪ੍ਰਵਾਸੀ ਵਿਦਿਆਰਥੀਆਂ ਦੇ ਵੀਜ਼ਿਆਂ, ਮਾਪਿਆਂ ਦੀ ਕੈਟਾਗਰੀ ਸੰਬੰਧੀ ਵੀਜ਼ਿਆਂ, ਵਰਕ ਵੀਜ਼ਿਆਂ ਅਤੇ ਪੱਕੀ ਨਾਗਰਿਕਤਾ ਲੈਣ ਸੰਬੰਧੀ ਵੀਜ਼ਿਆਂ ਦੀ ਨੀਤੀਆਂ 'ਚ ਤਬਦੀਲੀਆਂ ਕਰਕੇ ਇਹਨਾਂ ਵੀਜ਼ਾ ਪ੍ਰਣਾਲੀਆਂ ਨੂੰ ਤੰਗ ਅਤੇ ਔਖਾ ਕੀਤਾ ਜਾ ਰਿਹਾ ਹੈ। ਉੱਥੇ ਹੀ ਨਿਊਜ਼ੀਲੈਂਡ ਦੀ ਸਰਕਾਰ ਵਿੱਚ ਇੱਕ ਮੰਤਰੀ ਵੱਲੋਂ ਸਥਾਨਕ ਨੈਸ਼ਨਲ ਰੇਡੀਓ ਚੈਨਲ ਉੱਤੇ ਕੀਤੀ ਗੱਲਬਾਤ ਦੌਰਾਨ ਭਾਰਤੀ ਭਾਈਚਾਰੇ ਖਿਲਾਫ਼ ਕੀਤੀ ਟਿੱਪਣੀ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ। ਕੈਬਨਿਟ ਮੰਤਰੀ ਸ਼ੇਨ ਜੌਨਸ ਨੇ ਕਿਹਾ ਸੀ ਕਿ ਜੇਕਰ ਭਾਰਤੀਆਂ ਨੂੰ ਨਵੇਂ ਨਿਯਮਾਂ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਗਲੀ ਫਲਾਈਟ ਲੈ ਕੇ ਆਪਣੇ ਦੇਸ਼ ਵਾਪਸ ਚਲੇ ਜਾਣ। ਜਿਸ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਵਧੇ ਰੋਸ ਕਾਰਨ ਪੰਜਾਬੀ ਮੂਲ ਦੇ ਰਘਵੀਰ ਸਿੰਘ ਜੀਪੀ ਨੇ ਮੌਜੂਦਾ ਸਰਕਾਰ ਵਾਲੀ ਲੇਬਰ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਰੋਸ ਕਾਰਨ ਆਏ ਭਾਰਤੀਆਂ ਨਾਲ ਮਿਲ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੀਟਿੰਗ ਕੀਤੀ, ਜਿਸ ਵਿੱਚ ਬਹੁਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣ ਬੁੱਝ ਕੇ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ਵੱਡੇ ਪੱਧਰ ਉੱਤੇ ਰੱਦ ਕੀਤੀਆਂ ਜਾ ਰਹੀਆਂ ਹਨ। ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਜਿਹੜੇ ਰੂਲ ਚੇਂਜ ਕੀਤੇ ਗਏ ਆ ਅਤੇ ਉਸ ਤੋਂ ਬਾਅਦ ਭਾਰਤੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਮੇਰੇ ਨਾਲ ਖੜ੍ਹੇ ਨੇ ਰਘਵੀਰ ਸਿੰਘ ਜੀ, ਜਿਨ੍ਹਾਂ ਨੇ ਇਸ ਰੋਸ ਵਜੋਂ ਬੀਤੇ ਦਿਨ ਹੀ ਆਪਣੀ ਲੇਬਰ ਪਾਰਟੀ ਤੋਂ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ। ਅਤੇ ਰਘਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਅਜੀਤ ਦਸ਼ੋਤਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੀਟਿੰਗ ਦੇ ਬਾਰੇ ਜਿਹੜੇ ਰੂਲ ਚੇਂਜ ਕੀਤੇ ਗਏ ਹੈਗੇ ਆ, ਪੇਰੈਂਟਸ ਕੈਟਾਗਰੀ ਵਾਲੇ ਜਿਹੜੇ ਵੀਜ਼ੇ ਡਿਲੇ ਹੋਏ ਆ, ਜੋ ਸਾਡੇ ਇਮੀਗ੍ਰੇਸ਼ਨ ਦੇ ਸਾਰੇ ਇਸ਼ੂ ਹੈਗੇ ਆ, ਅਸੀਂ ਉਹਨਾਂ ਨੂੰ ਹੱਲ ਕਰਨੇ ਲਈ, ਉਹਨਾਂ ਦੀ ਆਵਾਜ਼ ਸਰਕਾਰ ਤੱਕ ਲਿਜਾਣੇ ਲਈ ਇਹ ਮੀਟਿੰਗ ਪਹਿਲੀ ਮੀਟਿੰਗ ਹੋਈ ਆ ਤਾਂ ਬੜੀ ਸਕਸੈਸਫੁਲ ਜੀ। ਹੁਣ ਅਸੀਂ ਗਾਹਾਂ ਦਾ ਪ੍ਰੋਗਰਾਮ ਉਡੀਕਾਂਗੇ ਤਾਂ ਨਾਲੇ ਫਿਲਹਾਲ ਸਾਡੀ ਪਟੀਸ਼ਨ ਤਿਆਰ ਹੋ ਰਹੀ ਹੈ ਜੋ ਸਰਕਾਰ ਤੱਕ ਅਸੀਂ ਲੈ ਕੇ ਜਾਵਾਂਗੇ। ਅੱਜ ਇੱਕ ਇਤਿਹਾਸਿਕ ਸਾਡੀ ਮੀਟਿੰਗ ਹੋਈ ਹੈ ਜਿਹਦੇ 'ਚ ਕਮਿਊਨਿਟੀ ਇਕੱਠੀ ਹੋ ਰਹੀ ਹੈ, ਔਰ ਨੈਕਸਟ ਈਅਰ ਜਿਹੜਾ ਇਲੈਕਸ਼ਨ ਆ ਰਿਹਾ, ਅਸੀਂ ਇਹਦਾ ਜਿਹੜਾ ਜਵਾਬ ਹੈਗਾ ਕਮਿਊਨਿਟੀ ਪੱਖੋਂ ਦੇਵਾਂਗੇ, ਨਾ ਕਿ ਪੋਲੀਟੀਕਲ ਪੱਖੋਂ। ਲੇਕਿਨ ਸਟੂਡੈਂਟ ਦੇ ਨਾਲ ਧੱਕਾ ਹੋ ਰਿਹਾ, ਉਹਨਾਂ ਦੇ ਪੇਰੈਂਟਸ ਨਾਲ ਧੱਕਾ ਹੋਇਆ, ਐਂਡ ਪਲੱਸ ਇੱਥੇ ਦੀ ਇਕੋਨਮੀ ਦੇ ਨਾਲ ਧੱਕਾ ਹੋਇਆ ਹੈ। ਸੋ ਹਰ ਤਰਫੋਂ ਨੁਕਸਾਨ ਹੋਇਆ ਹੈ, ਜਬਕਿ ਉਹ ਸਟੂਡੈਂਟ ਜਿਹੜੇ ਹੈਗੇ ਅੱਜ ਦੀ ਡੇਟ 'ਚ ਵੀ ਸਾਨੂੰ ਚਾਹੀਦੇ ਨੇ। ਅੱਜ ਦੀ ਡੇਟ 'ਚ ਸਾਡੀ ਸਕਿੱਲ ਸ਼ੋਰਟੇਜ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ। ਨਿਊਜ਼ੀਲੈਂਡ ਤੋਂ ਜਿੱਥੇ ਅਸੀਂ 130 ਵਰ੍ਹਿਆਂ ਤੋਂ ਉੱਤੇ ਹੋ ਗਏ ਸਾਡੇ ਬਜ਼ੁਰਗਾਂ ਨੂੰ, ਜਿਨ੍ਹਾਂ ਦਾ ਖੂਨ ਪਸੀਨਾ ਇਸ ਮਿੱਟੀ ਦੇ ਵਿੱਚ ਰਲਿਆ ਹੋਇਆ, ਔਰ ਕੰਟਰੀਬਿਊਟ ਕਰਦਿਆਂ ਤੁਹਾਨੂੰ ਬੜਾ ਦੁੱਖ ਲੱਗਦਾ ਜਦੋਂ ਇਸ ਦੇਸ਼ ਦੀ 120 ਸੀਟਾਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਜ਼ਿੰਮੇਵਾਰ ਅਹੁਦੇ 'ਤੇ ਬਹਿ ਕੇ ਇਹ ਗੱਲ ਕਹਿ ਦੇਵੇ ਕਿ ਜੇਕਰ ਭਾਰਤੀ ਲੋਕ ਆਪਣੇ ਹੱਕਾਂ ਦੀ ਲੜਾਈ ਲੜਨਾ ਚਾਹੁੰਦੇ ਆ, ਇਸ ਦੀ ਬਜਾਏ ਉਹਨਾਂ ਨੂੰ ਚਾਹੀਦਾ ਕਿ ਆਪਣੇ ਜਹਾਜ਼ ਫੜ ਕੇ ਵਾਪਸ ਭਾਰਤ ਚਲੇ ਜਾਣ। ਸੋ ਵੀ ਆਰ ਹੇਅਰ ਟੂ ਸਟੇ, ਵੀ ਆਰ ਹੇਅਰ ਟੂ ਲਿਵ। ਇਸ ਮੁਲਕ ਨੂੰ ਜਿੱਥੇ ਅਸੀਂ ਯੋਗਦਾਨ ਪਾਇਆ ਉਹਨੂੰ ਲੈ ਕੇ, ਜਿੱਥੇ ਆਪਣੇ ਹੱਕਾਂ ਦੀ ਲੜਾਈ ਦੇ ਲਈ ਅੱਜ ਸਾਡੀ ਮੀਟਿੰਗ ਹੋਈ ਹੈ। ਪੰਜਾਬੀ ਮੂਲ ਦੇ ਜਿਹੜੇ ਬਹੁਤੇ ਸਾਡੇ ਕਮਿਊਨਿਟੀ ਮੈਂਬਰ ਇਹਦੇ ਵਿੱਚ ਸ਼ਾਮਿਲ ਹੋਏ, ਬਲਕਿ ਭਾਰਤੀ ਮੂਲ ਦੇ ਔਰ ਕੁਝ ਇੱਕ ਜਿਹੜੇ ਬਾਕੀ ਕਮਿਊਨਿਟੀਜ਼ ਦੇ ਲੋਕ ਨੇ ਉਹਨਾਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ। ਅੱਗੇ ਚੱਲ ਕੇ ਸਾਡੀ ਕੋਸ਼ਿਸ਼ ਹੈ ਕਿ ਵਲਿੰਗਟਨ ਦੀ ਪਾਰਲੀਮੈਂਟ ਤੱਕ ਇਸ ਦੀ ਗੂੰਜ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ। ਆਪਣੀ ਪਾਰਟਨਰਸ਼ਿਪ ਦਾ ਕਾਫੀ ਡਿਲੇ ਚੱਲ ਰਹੀ ਹੈ ਵੀਜ਼ਿਆਂ ਦੀ, ਉਹਦੇ ਬਾਰੇ? ਡਿਲੇ ਤਾਂ ਇੱਦਾਂ ਹੈ ਜੀ, ਮੈਨੂੰ ਲੱਗਦਾ ਨਾ ਹੀ ਕਹਿ ਦੇਣਾ ਚਾਹੀਦਾ ਆਪਾਂ ਨੂੰ। ਪਿਛਲੇ 6 ਮਹੀਨਿਆਂ 'ਚ ਜਿਹੜਾ ਸੱਤਿਆਨਾਸ ਪਾਰਟਨਰਸ਼ਿਪ ਕੈਟਾਗਰੀ ਦੇ ਵਿੱਚ ਵੱਜਿਆ, ਤੁਹਾਨੂੰ ਵੀ ਪਤਾ ਕਿ ਜਿਹੜਾ ਸਾਡਾ ਸਮਾਜਿਕ ਸੈਟਅਪ ਹੈ, ਤੁਸੀਂ ਉੱਥੋਂ ਹੀ ਆਏ ਆ, ਉਹ ਇੱਦਾਂ ਦਾ ਵੀ ਜੇਕਰ ਉੱਥੋਂ ਇੱਥੇ ਵਿਆਹ ਕਰਾ ਕੇ ਆਇਆ ਜਿਹੜਾ ਲਾੜਾ ਜਾਂ ਲਾੜੀ, ਪਿੱਛੇ ਰਹਿ ਗਿਆ ਜੀਵਨ ਸਾਥੀ ਨੂੰ ਜੇਕਰ ਸਮੇਂ ਸਿਰ ਨਹੀਂ ਸੱਦਦਾ, ਤਾਂ ਉੱਥੇ ਲੋਕਾਂ ਦੇ ਤਾਨੇ ਮਿਹਣੇ ਤੁਹਾਡੇ ਆਪਸੀ ਸੰਬੰਧਾਂ ਨੂੰ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੰਦੇ ਆ। ਉਹ ਸਮਾਜਿਕ ਤਵਜ਼ਨ ਨੂੰ ਆਪਾਂ ਪਰੇ ਵੀ ਕਰ ਲਈਏ ਤਾਂ ਵੀ ਸਟੇਬਲ ਰਿਲੇਸ਼ਨਸ਼ਿਪ ਜਿਹੜੇ ਆ ਉਹਨਾਂ ਦਾ ਬਹਾਨਾ ਲਾ ਕੇ ਇੱਕ ਲਾਈਨ ਲਿਖ ਕੇ ਤੁਹਾਡਾ ਜਿਹੜਾ ਕੇਸ ਆ ਉਹਨੂੰ ਰਿਫਿਊਜ਼ ਕਰ ਦਿੱਤਾ ਜਾਂਦਾ, ਜਿਹੜੀ ਕਿ ਮੈਂ ਸਮਝਦਾ ਵੀ ਇੱਥੋਂ ਦੇ ਰੇਸ ਰਿਲੇਸ਼ਨ ਮੈਨੇਜਰ ਜਾਂ ਰੇਸ ਰਿਲੇਸ਼ਨ ਜਿਹੜਾ ਮਹਿਕਮਾ ਉਹਨੂੰ ਵੀ ਨਿਗਾਹ ਮਾਰਨ ਦੀ ਲੋੜ ਆ। ਇਕੱਲੀ ਇਸ ਕੈਟਾਗਰੀ 'ਚ ਨਹੀਂ, ਟੋਟਲ 4 ਕੈਟਾਗਰੀਜ਼ ਦੇ ਵਿੱਚ ਅਸੀਂ ਆਪਣੀ ਫਾਈਟ ਕਰ ਰਹੇ ਹਾਂ ਜੀ। ਨੰਬਰ 1 ਪੇਰੈਂਟਸ ਦੀ, ਨੰਬਰ 2 ਪਾਰਟਨਰਸ਼ਿਪ ਦੀ, ਨੰਬਰ 3 'ਤੇ ਜਿਹੜੇ ਵਰਕ ਵੀਜ਼ੇ ਵਾਲੇ ਪਰਮਾਨੈਂਟ ਰੈਜੀਡੈਂਸੀ ਦੀ ਝਾਕ ਰੱਖ ਕੇ ਬੈਠੇ ਆ, ਉਹਨਾਂ ਦਾ ਰਾਹ ਬਹੁਤ ਲੰਮਾ ਹੋ ਗਿਆ, ਕਈਆਂ ਨੂੰ 9-9 ਸਾਲ ਹੋ ਗਿਆ ਜੀ, 9 ਸਾਲਾਂ 'ਚ ਵੀ ਹਲੇ ਤਾਂ ਅਸੀਂ ਪਰਮਾਨੈਂਟ ਰੈਜੀਡੈਂਸੀ ਦੀ ਖੈਰ ਨਹੀਂ ਪਈ। ਚੌਥੀ ਕੈਟਾਗਰੀ ਜਿਹੜੀ ਪੂਰੀ ਤਰ੍ਹਾਂ ਅਸੀਂ ਭੁਲਾ ਬੈਠੇ ਹਾਂ ਉਹ ਹੈਗੀ ਆ ਮਨੁੱਖਤਾ ਦੇ ਆਧਾਰ ਦੇ ਉੱਤੇ। ਬਹੁਤ ਪਰਿਵਾਰ ਇੱਦਾਂ ਦੇ ਆ ਜਿਨ੍ਹਾਂ ਦੇ ਸਿੰਗਲ ਪੇਰੈਂਟ ਆ, ਜਿਨ੍ਹਾਂ ਨੂੰ ਜੇ ਕਿਸੇ ਕੈਟਾਗਰੀ 'ਚ ਨਹੀਂ ਵੀ ਆਉਂਦੇ, ਮਨੁੱਖਤਾ ਦੇ ਆਧਾਰ 'ਤੇ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਮਿਲਣੀ ਚਾਹੀਦੀ ਆ, ਕਿਉਂਕਿ ਇਹ ਕੰਟਰੀ ਰਾਸ਼ਟਰਮੰਡਲ ਕੰਟਰੀ ਆ, ਕਾਮਨਵੈਲਥ ਕੰਟਰੀ ਆ। ਇਸ ਕਰਕੇ ਸਾਡੀ ਲੜਾਈ ਜਿਹੜੀ ਆ ਆਪਣੇ ਹੱਕਾਂ ਨੂੰ ਲੈ ਕੇ ਜਾਰੀ ਰਹੂਗੀ। ਦੂਜੇ ਪਾਸੇ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਗੈਲੋਵੇ ਭਾਰਤੀ ਭਾਈਚਾਰੇ ਦੇ ਰੋਸ ਨੂੰ ਵੇਖਦਿਆਂ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਪਾਰਟਨਰਸ਼ਿਪ ਵੀਜ਼ਿਆਂ ਸੰਬੰਧੀ ਜਲਦੀ ਢੁਕਵਾਂ ਹੱਲ ਲੱਭਣ ਦੀ ਗੱਲ ਕੀਤੀ। Hi everyone, this is a message for our Kiwi Indian community. As you know, earlier this year, Immigration New Zealand made a decision to change the way they operationalise immigration instructions, in particular in the way they deal with people who want to bring their partner to New Zealand after a culturally arranged marriage. Whilst what Immigration New Zealand did was correct in law, it has left a lot of people worse off.
and I can understand the concern that people have expressed about this. What I have done is asked Immigration New Zealand to look at their options and to see if we can find a fair and reasonable solution so that people who do have a culturally arranged marriage away from New Zealand have the opportunity to bring their partner to New Zealand. This government really values our Kiwi Indian community. You make an enormous contribution to our communities, to our society, and to our economy. I'm hopeful that we can find a solution, and I'm working closely with Immigration New Zealand to find one. I hope to be able to come back to you soon with the results of that work. Satgur Nanak Pargatya, Miti Tund Jag Chanan Hua. Sikh Dharam De Bani, Mahan Darshanik, Kul Duniya De Ra Dasire, Sri Guru Nanak Dev Ji De 550ਵੇਂ Prakash Dihade Diyan, Sansar Par De Kone Kone Vich Vasdiyan Sangatan Nu Lakh Lakh Mubarakan. Aao ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ। ਇਸ ਮਹਾਨ ਅਵਸਰ ਤੇ ਅਜੀਤ ਵੈਬ ਟੀਵੀ ਦੀ ਟੀਮ ਆਪਣੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ। ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ।